ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇ ਨੇ ਜੇ ਸਵਾਲ ਆਏ ਨੇ, ਜਿੱਦਾਂ ਤੁਹਾਡੀ ਯੂਟਿਊਬ ਦੀ ਪੇਮੈਂਟ ਕਿੰਨੀ ਹੈ ਸਭ ਤੋਂ, ਤੇ ਤੁਸੀਂ ਬੱਚਿਆਂ ਨਾਲ ਕਿਵੇਂ ਮੈਨੇਜ ਕਰਦੇ ਹੋ, ਬਹੁਤ ਸਾਰੇ ਸਵਾਲ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਗੇ, ਤੇ ਬਹੁਤ ਦਿਨਾਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਨਵਨੀਤ ਰੰਧੇ ਦੇ ਉੱਤੇ। ਤੇ ਬਹੁਤ ਜ਼ਿਆਦਾ ਮਾਫ਼ੀ ਚਾਹੁੰਦੀ ਹਾਂ ਕਿ ਬੜੇ ਦਿਨਾਂ ਬਾਅਦ ਆਪਾਂ ਇਹ ਕੁਐਸਚਨ ਆਨਸਰ ਕਰ ਰਹੇ ਹਾਂ, ਜਾਂ ਕਹਿ ਲਓ ਕਿ ਤੁਹਾਡੇ ਸਵਾਲ ਤੇ ਮੇਰੇ ਜਵਾਬ ਕਰ ਰਹੇ ਹਾਂ। ਔਰ ਬਹੁਤਾ ਜ਼ਿਆਦਾ ਰੈਗੂਲਰ ਨਹੀਂ ਸੀ, ਸਿਰਫ ਪੋਡਕਾਸਟ ਆ ਰਹੇ ਸੀ ਕਿਉਂਕਿ ਮੈਂ ਥੋੜ੍ਹਾ ਜਿਹਾ ਬਿਜ਼ੀ ਹੋ ਗਈ ਸੀ। ਤੇ ਕਿਉਂ ਇੰਨੇ ਦਿਨ ਤੋਂ ਰੈਗੂਲਰ ਨਹੀਂ ਸੀ, ਉਹ ਮੈਂ ਪਿਛਲੇ ਵਲੋਗ 'ਚ ਦੱਸਿਆ ਵਾ। ਜਾਓ ਜਾ ਕੇ ਕੱਲ੍ਹ ਵਾਲਾ ਵਲੋਗ ਵੇਖੋ, ਤੁਹਾਨੂੰ ਪਤਾ ਲੱਗ ਜਾਏਗਾ। ਤੇ ਹੁਣ ਆਪਾਂ ਰੈਗੂਲਰ ਹਾਂ, ਆਪਾਂ ਆ ਗਏ ਹਾਂ ਬੈਕ ਟੂ ਵਰਕ। ਤੁਸੀਂ ਵੇਖੀ ਜਾਇਓ, ਹੁਣ ਬਸ ਇੱਦਾਂ ਹੀ ਰੋਜ਼ ਕੁਛ ਨਾ ਕੁਛ ਜ਼ਰੂਰ ਆਏਗਾ। ਸੋ ਤੁਸੀਂ ਮੈਨੂੰ ਬਹੁਤ ਪਿਆਰ ਦਿੰਦੇ ਹੋ, ਤੁਹਾਡੇ ਪੋਡਕਾਸਟ ਵੀ ਤੁਸੀਂ ਸਾਰੇ ਵੇਖਦੇ ਹੋ, ਤੁਹਾਡੇ ਇੰਨੇ ਕਮੈਂਟਸ ਆਉਂਦੇ ਨੇ, ਔਰ ਤੁਸੀਂ ਸੁਜੈਸ਼ਨਸ ਵੀ ਦਿੰਦੇ ਹੋ ਮੈਸੇਜਸ ਦੇ ਵਿੱਚ ਵੀ, ਦੀਦੀ ਇਹਨੂੰ ਬੁਲਾਓ ਉਹਨੂੰ ਬੁਲਾਓ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇੱਦਾਂ ਹੀ ਆਪਣਾ ਸਾਥ ਬਣਾਈ ਰੱਖਿਓ। ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਜੇ ਸਵਾਲ ਆਏ ਨੇ, ਜਿੱਦਾਂ ਦੀਦੀ ਤੁਹਾਡੀ ਯੂਟਿਊਬ ਦੀ ਪੇਮੈਂਟ ਕਿੰਨੀ ਹੈ ਸਭ ਤੋਂ ਵੱਡਾ ਸਵਾਲ, ਦੀਦੀ ਤੁਹਾਡੀ ਯੂਟਿਊਬ ਦੀ ਪੇਮੈਂਟ ਸ਼ੁਰੂ ਕਦੋਂ ਹੋਈ, ਇਹਨੇ ਉਹ ਬਹੁਤ ਸਾਰੇ ਸਵਾਲ ਨੇ। ਚਲੋ ਸ਼ੁਰੂ ਕਰੀਏ ਬਿਨਾਂ ਕਿਸੇ ਦੇਰੀ ਦੇ, ਆ ਜਾਓ ਫਿਰ ਸ਼ੁਰੂ ਕਰਦੇ ਹਾਂ ਤੁਹਾਡੇ ਸਵਾਲ ਮੇਰੇ ਜਵਾਬ। ਸੋ ਸਵਾਲ ਮੈਂ ਇੱਥੇ ਕਾਪੀ 'ਤੇ ਲਿਖੇ ਨੇ, ਅਤੇ ਮੈਂ ਜਿਵੇਂ ਬਾਕੀ ਜਿਹੜੇ ਮੈਨੂੰ ਮੂੰਹ ਜ਼ਬਾਨੀ ਯਾਦ ਨੇ ਜਿਹੜੇ ਬਹੁਤ ਜ਼ਿਆਦਾ ਆਏ ਨੇ, ਪਹਿਲਾਂ ਉਹਨਾਂ ਦੇ ਜਵਾਬ ਦੇ ਲੈਣੇ। ਸਭ ਤੋਂ ਬੇਸਿਕ ਕੁਐਸਚਨ ਆਉਂਦਾ ਹੈ ਕਿ ਤੁਸੀਂ ਵਿਆਹੇ ਹੋ? ਜੀ ਮੈਂ ਵਿਆਹੀ ਹਾਂ, ਮੇਰੇ ਦੋ ਬੱਚੇ ਨੇ, ਅਤੇ ਦੋ ਬੱਚੇ ਨੇ, ਇੱਕ ਗੁੜੀਆ ਹੈ ਇੱਕ ਬੇਟਾ ਆ। ਬੇਟੇ ਦਾ ਨਾਮ ਹੈ ਇਮਰੋਸ ਅਤੇ ਬੇਟੀ ਦਾ ਨਾਮ ਹੈ ਨਿਆ। ਦੂਸਰਾ ਕੁਐਸਚਨ ਇਸ ਤੋਂ ਬਾਅਦ ਜਿਹੜਾ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਮੇਰੇ ਕੋਲੋਂ, ਤੁਹਾਡੀ ਉਮਰ ਕਿੰਨੀ ਹੈ? ਵੈਸੇ ਤਾਂ ਇਸ ਗੱਲ ਦਾ ਜਵਾਬ ਮੈਂ ਬਹੁਤ ਵਾਰ ਦੇ ਚੁੱਕੀ ਹਾਂ, ਪਰ ਫਿਰ ਵੀ ਤੁਸੀਂ ਮੈਨੂੰ ਬਾਰ ਬਾਰ ਪੁੱਛਦੇ ਹੋ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ 29 ਦੀ ਹਾਂ, 29 ਦੀ ਹਾਂ ਉਮਰ ਮੇਰੀ, 29 ਹੈ। 95 ਬਹੁਤ ਨਾ, 13/9/1995 ਨੂੰ ਮੇਰਾ ਜਨਮ ਹੋਇਆ ਸੀਗਾ, ਸੋ ਮੇਰੀ ਉਮਰ 29 ਹੈ। ਅਤੇ ਇਸ ਤੋਂ ਬਾਅਦ ਹਾਂ, ਤੀਸਰਾ ਕੁਐਸਚਨ ਜਿਹੜਾ ਬਹੁਤ ਜ਼ਿਆਦਾ ਆਉਂਦਾ ਸੀਗਾ ਕਿ ਉਹਨੂੰ ਕਹਿੰਦੇ ਆ 9 ਸੱਸ ਲੈ 10 ਕਿਉਂ ਬੰਦ ਹੋਇਆ? 9 ਸੱਸ ਲੈ 10 ਬੰਦ ਹੋਣ ਦਾ ਕਾਰਨ, ਮਤਲਬ ਬੰਦ ਹੋਇਆ ਵਾਲਾ ਸੀਨ ਕੋਈ ਨਹੀਂ ਸੀ, ਇਟਸ ਜਸਟ ਆਪਣਾ ਹੀ ਸ਼ੋਅ ਅਪ ਹੈ। ਮੈਂ ਸਵੇਰੇ ਜਾ ਕੇ ਮੰਮੀ ਨਾਲ ਬਹਿ ਕੇ ਫਿਰ ਸ਼ੁਰੂ ਕਰ ਲਾ, ਬਹੁਤ ਸਾਰੇ ਐਪੀਸੋਡਸ ਮੈਂ ਉਹਦੇ ਕਰ ਸਕਦੀ ਹਾਂ, ਤੁਹਾਨੂੰ ਪਤਾ ਆਪਣੇ ਕੋਲ ਮੈਟਰ ਕਦੀ ਨਹੀਂ ਮੁੱਕਦਾ। ਬਸ ਦਿੱਕਤ ਇਹ ਆਉਂਦੀ ਸੀਗੀ ਕਿ ਮੰਮੀ ਵਿੱਚ ਅੰਮ੍ਰਿਤਸਰ ਚਲੇ ਗਏ, ਫਿਰ ਆਏ, ਫਿਰ ਕਦੀ ਉਹਨਾਂ ਨੂੰ ਜਾਣਾ ਪਿਆ, ਇਸ ਤਰ੍ਹਾਂ ਨਾ ਮੇਲ ਜੋਲ ਜਿਹਾ ਨਹੀਂ ਸੀ ਉਹ ਪਾ ਰਿਹਾ। ਸੋ ਮੈਨੂੰ ਚੀਜ਼ਾਂ ਨਾ ਰੈਗੂਲਰ ਕਰਨ ਦੀ ਆਦਤ ਆ, ਮੈਂ ਕੰਮ ਨੂੰ ਲੈ ਕੇ ਬਹੁਤ ਪ੍ਰੋਸੈਸਿਵ ਹੈਗੀ ਹਾਂ ਥੋੜ੍ਹੀ ਜੀ। ਸੋ ਜਦੋਂ ਬਣ ਨਹੀਂ ਸੀ ਪਾਉਂਦਾ, ਫਿਰ ਮੈਂ ਥੋੜ੍ਹੀ ਜਿਹੀ ਦਿੱਕਤ 'ਚ ਆ ਜਾਂਦੀ ਸੀ, ਇਸ ਕਰਕੇ ਮੈਂ ਉਹਦੇ ਉੱਤੇ ਸਟੋਪ ਲਗਾਇਆ ਵਾ, ਬਟ ਆਪਾਂ ਫਿਰ ਜ਼ਰੂਰ ਉਹਨੂੰ ਸ਼ੁਰੂ ਕਰਾਂਗੇ। ਅਤੇ ਉਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਮੈਨੂੰ ਆਇਆ ਹੈ ਕਿ ਤੁਸੀਂ ਬੱਚਿਆਂ ਦੇ ਨਾਲ ਘਰ 'ਚ ਰਹਿੰਦੇ ਹੋਏ ਕੰਮ ਨੂੰ ਮੈਨੇਜ ਕਿਵੇਂ ਕਰਦੇ ਹੋ? ਸੋ ਵੇਖੋ, ਮੈਨੇਜ ਤਾਂ ਕਰਨਾ ਹੀ ਪੈਂਦਾ, ਪਹਿਲਾਂ ਮੈਂ ਜੋਬ ਵੀ ਕਰਦੀ ਰਹੀ ਹਾਂ, ਮੈਂ ਅਸਿਸਟੈਂਟ ਪ੍ਰੋਫੈਸਰ ਰਹੀ ਹਾਂ ਬੀਬੀ KDAV ਕਾਲਜ, ਅਤੇ ਉਦੋਂ ਭਾਰੀ ਇਮਰੋਜ਼ ਹੀ ਸੀਗਾ, ਨਿਆਮਤ ਅਜੇ ਨਹੀਂ ਸੀਗੀ, ਸੋ ਉਹਨੂੰ ਮੈਂ ਘਰ ਛੱਡ ਕੇ ਜਾਂਦੀ ਹੁੰਦੀ ਸੀ ਸਾਰਿਆਂ ਕੋਲ। ਹੁਣ 2 ਜਾਣੇ ਨੇ, ਅਤੇ ਉੱਤੋਂ ਇਹ ਹੈ ਕਿ ਕਵਲ ਇੱਥੇ ਨਹੀਂ ਆ, ਔਰ ਮੈਂ ਤਾਂ ਬੱਚੇ ਇਕੱਲੇ ਸੀਗੇ, ਸੋ ਮੁਸ਼ਕਲ ਤਾਂ ਆਉਂਦੀ ਹੈ, ਪਰ ਇਹ ਹੈ ਕਿ ਜਦੋਂ ਤੁਹਾਨੂੰ ਪਤਾ ਹੈ ਤੁਸੀਂ ਕੰਮ ਕਰਨਾ ਵਾ, ਦੈਨ ਤੁਸੀਂ ਕਰਨਾ, ਤੁਹਾਡੇ ਕੋਲ ਕੋਈ ਆਪਸ਼ਨ ਹੋਰ ਹੁੰਦੀ ਨੀਗੀ, ਤੁਸੀਂ ਇਹ ਆਪਣੀ ਖੁਸ਼ੀ ਲਈ ਕਰ ਰਹੇ ਹੋ, ਹੈ ਨਾ? ਹਾਂਜੀ ਬੇਟਾ, ਹਾਂਜੀ, ਐਵੇਂ ਹੀ ਕਰਦੀ ਹਾਂ, ਆਵਾਜ਼ ਆਉਂਦੀ ਸੀ ਕਾਰਟੂਨਸ ਦੀ, ਸੋ ਮੈਨੂੰ ਬੰਦ ਕਰਨਾ ਪਿਆ ਡੋਰ। ਸੋ ਬੇਸਿਕਲੀ ਵੇਖੋ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਪੈਸ਼ਨੇਟ ਹੁੰਦੇ ਹੋ ਨਾ, ਤੁਹਾਨੂੰ ਕੰਮ ਕਰਨਾ ਆ, ਤੁਸੀਂ ਖੁਸ਼ੀ ਲਈ ਕਰਦੇ ਹੋ ਆਪਣੇ ਲਈ, ਇਹ ਕੋਈ ਮਜਬੂਰੀ ਨਹੀਂ ਹੈ ਮੇਰੇ 'ਤੇ ਜਿਹੜਾ ਮੈਂ ਕੰਮ ਕਰ ਰਹੀ ਹਾਂ, ਮੇਰੀ ਖੁਸ਼ੀ ਹੈ। ਤੋ ਇਹਦੇ ਲਈ ਮੈਂ ਆਪਣੇ ਆਪ ਲਈ ਟਾਈਮ ਕੱਢ ਹੀ ਲੈਂਦੀ ਹਾਂ, ਮੈਂ ਜਿਸ ਤਰ੍ਹਾਂ ਵੀ ਕੱਢਣਾ ਹੋਵੇ। ਇਸ ਵਕਤ ਵੀ ਮੈਂ ਇੱਥੇ ਬਹਿ ਕੇ ਕੰਮ ਕਰ ਰਹੀ ਹਾਂ, ਗੁੜੀਆ ਮੇਰੀ ਤਾਂ ਸਾਈਡ 'ਤੇ ਪਲੇਅ ਕਰ ਰਹੀ ਹੈ, ਇਮਰੋਜ਼ ਦੂਸਰੇ ਰੂਮ 'ਚ ਬੈਠਾ ਆ, ਔਰ ਨਾਲ ਦੇ ਨਾਲ ਗੈਸ ਦੇ ਉੱਪਰ ਦਲੀਆ ਚੜਿਆ ਹੋਇਆ ਵਾ, ਕਿਉਂਕਿ ਇਹਨਾਂ ਨੇ ਖਾਣਾ ਆ। ਸੋ ਹਰ ਚੀਜ਼ ਦਾ ਇੰਤਜ਼ਾਮ ਨਾਲ ਦੇ ਨਾਲ ਕਰ ਰਹੀ ਹਾਂ, ਅਤੇ ਨਾਲ ਦੇ ਨਾਲ ਆਪਣਾ ਕੰਮ ਕਰ ਰਹੀ ਹਾਂ। ਸੋ ਬੱਚਿਆਂ ਦੇ ਨਾਲ ਰਹਿ ਕੇ ਮੈਨੇਜ ਕਰਨਾ ਪੈਂਦਾ ਵਾ, ਬਹੁਤ ਮੁਸ਼ਕਲ ਹੁੰਦੀ ਹੈ ਕਦੀ ਕਦਾਈ। ਹੁਣ ਮੇਰੇ ਹਸਬੈਂਡ ਬਿਜ਼ੀ ਸੀਗੇ, ਉਹ ਆਪਣਾ ਕੰਮ ਕਰ ਰਹੇ ਨੇ, ਅਤੇ ਮੈਨੂੰ ਇੱਥੇ ਆਪਣਾ ਕੰਮ ਵੀ ਮੈਨੇਜ ਰੱਖਣਾ, ਬੱਚੇ ਵੀ ਮੈਨੇਜ ਰੱਖਣੇ, ਮੁਸ਼ਕਲ ਤਾਂ ਆਉਂਦੀ ਹੈ, ਪਰ ਜੇ ਤੁਸੀਂ ਪੈਸ਼ਨੇਟ ਹੋ ਕਿਸੇ ਚੀਜ਼ ਨੂੰ ਲੈ ਕੇ, ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਕਰ ਲੈਂਦੇ ਹੋ। ਸੋ ਬਸ ਕਰ ਲੈਂਦੀ ਹਾਂ, ਕਿਉਂਕਿ ਮੈਨੂੰ ਪਤਾ ਆ ਮੈਂ ਕਰਨਾ ਆ, ਮਤਲਬ ਮੈਂ ਰਹਿ ਨਹੀਂ ਸਕਦੀ ਇਹਦੇ ਬਿਨਾਂ।
ਸੋ ਕਰ ਲਈਦਾ। ਸੋ ਅਗਲਾ ਸਵਾਲ ਜਿਹੜਾ ਇਹ ਹੈ ਜੀ, ਤੁਸੀਂ ਵੇਟ ਲੋਸ ਕਿਵੇਂ ਕਰਦੇ ਪਏ ਹੋ ਜਾਂ ਕਰਦੇ ਹੋ ਜਾਂ ਤੁਸੀਂ ਵੇਟ ਨੂੰ ਮੈਂਟੇਨ ਕਿਵੇਂ ਕਰਦੇ ਹੋ, ਤਿੰਨੇ ਕੁਐਸਚਨ ਆਉਂਦੇ ਨੇ। ਪਹਿਲੀ ਗੱਲ, ਵੇਟ ਲੋਸ ਕਰਦੀ ਪਈ ਹਾਂ ਮੈਂ, ਵੇਟ ਨੂੰ ਮੈਂਟੇਨ ਨਹੀਂ ਸੀ ਕਰਦੀ ਪਈ। ਪਿਛਲੇ ਇੱਕ ਮਹੀਨੇ 'ਚ ਮੇਰਾ ਵੇਟ ਬਹੁਤ ਵੱਧ ਗਿਆ ਸੀਗਾ, ਤੁਸੀਂ ਮੇਰੀਆਂ ਕੁਛ ਵੀਡੀਓਜ਼ 'ਚ ਦੇਖੋਗੇ ਮੇਰਾ ਫੇਸ ਬਹੁਤ ਹੈਵੀ ਲੱਗਦਾ ਸੀਗਾ, ਹੁਣ ਅੱਜ ਵਾਲੀ ਵੀਡੀਓ 'ਚ ਵੇਖੋਗੇ ਪਤਲਾ ਲੱਗ ਰਿਹਾ। ਮਤਲਬ ਪਿਛਲਾ ਮਹੀਨਾ ਮੈਂ ਕਾਫੀ ਵੇਟ ਮੇਰਾ ਗੇਨ ਹੋ ਗਿਆ ਸੀਗਾ, ਮਤਲਬ ਕਾਫੀ ਦਾ ਮਤਲਬ 2 ਕਿਲੋ ਵੱਧ ਗਿਆ ਸੀਗਾ। ਵੇਖੋ ਇੱਦਾਂ ਹੀ ਵੇਟ ਮੈਂਟੇਨ ਕਰਦੀ ਹਾਂ ਮੈਂ, 2 ਕਿਲੋ ਵੱਧ ਗਿਆ ਸੀਗਾ। ਤੁਸੀਂ ਇਸ ਗੱਲ ਦੇ ਉੱਤੇ ਬਿਲਕੁਲ ਸੂਈ ਰੱਖਣੀ ਹੈ ਵੀ ਤੁਸੀਂ ਆਪਣੇ ਵੇਟ ਨੂੰ ਜੇ ਵਧਣ ਦੇਣਾ ਤਾਂ ਕਿੰਨਾ ਕੁ ਵਧਣ ਦੇਣਾ, ਅਤੇ ਕਿਤੋਂ ਬਾਅਦ ਤੁਸੀਂ ਕਹਿਣਾ ਵੀ ਨਹੀਂ ਬਸ ਇਸ ਤੋਂ ਅੱਗੇ ਨਹੀਂ, ਆਪਣੇ ਆਪ ਨੂੰ ਇਹ ਗੱਲ ਤੁਸੀਂ ਕਹਿਣੀ ਆ। ਵੇਖੋ ਜੇ ਅਸੀਂ ਨਹੀਂ ਕਹਾਂਗੇ ਨਾ ਇਹ ਵਧੂਗਾ, ਇਹਨੇ ਵੱਧ ਜਾਣਾ ਵੇਟ ਨਹੀਂ, ਅਤੇ ਵੇਟ ਵਧਣ ਲੱਗਿਆ ਕੋਈ, ਮੇਰਾ ਵੀ ਮੈਟਾਬੋਲਿਜ਼ਮ ਅੱਛਾ ਵਾ ਪਰ ਮੇਰਾ ਵੇਟ ਵੀ ਬਹੁਤ ਛੇਤੀ ਗੇਨ ਹੋ ਜਾਂਦਾ। ਸੋ ਉਹੀ ਵੇਟ ਮੈਂਟੇਨ ਕਰਨ ਲਈ ਸਭ ਤੋਂ ਵੱਡਾ ਟਿਪ ਜਿਹੜਾ ਇਹ ਹੈ ਕਿ ਤੁਸੀਂ ਆਪਣੇ ਭਾਰ ਨੂੰ ਤੋਲਦੇ ਰਹੋ ਅਤੇ ਆਪਣੀ ਬੋਡੀ ਨੂੰ ਜਾਣੋ। ਹਾਂਜੀ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਹਾਡਾ ਮੈਟਾਬੋਲਿਜ਼ਮ ਸਲੋ ਆ, ਘੱਟ ਆ, ਵੱਧ ਆ, ਕਿਹੜੀ ਚੀਜ਼ ਆ ਜਿਹੜੀ ਖਾਇਆ ਤੁਹਾਡਾ ਵੇਟ ਜ਼ਿਆਦਾ ਵੱਧਦਾ ਵਾ, ਕਿਹੜੀ ਚੀਜ਼ ਛੱਡਿਆ ਛੇਤੀ ਘੱਟਦਾ ਵਾ, ਇਹ ਵੀ ਚੀਜ਼ਾਂ ਹੁੰਦੀਆਂ ਨੇ। ਜਿਵੇਂ ਹੁਣ ਥੋੜ੍ਹੇ ਦਿਨ ਪਹਿਲਾਂ ਵਿਦਿਆ ਬਾਲਨ ਦਾ ਤੁਸੀਂ ਇੰਟਰਵਿਊ ਸੁਣਿਆ ਹੋਊਗਾ, ਉਹ ਕਹਿੰਦੇ ਕਿ ਮੇਰੀ ਬੋਡੀ ਸਿਰਫ ਇਨਫਲਾਮੇਸ਼ਨ ਹੋਈ ਸੀਗੀ ਜਿਹਦੇ ਕਰਕੇ ਮੇਰਾ ਵੇਟ ਲੂਜ਼ ਨਹੀਂ ਸੀ ਹੋ ਰਿਹਾ, ਉਹ ਸੈੱਟ ਹੋਇਆ ਅਤੇ ਮੈਂ ਠੀਕ ਹੋ ਗਈ। ਸੋ ਇਸ ਤਰ੍ਹਾਂ ਤੁਸੀਂ ਅਲੱਗ ਅਲੱਗ ਵੇਟ ਲੋਸ ਵਾਲੀਆਂ ਚੀਜ਼ਾਂ ਵੀ ਟਰਾਈ ਕਰ ਸਕਦੇ ਹੋ। ਵੇਟ ਲੋਸ ਟਰਾਈ ਕਰਨ ਦਾ ਮਤਲਬ ਮੇਰਾ ਇਹ ਨਹੀਂ ਵੀ ਕੋਈ ਤੁਸੀਂ ਹਨਾ ਬਾਹਰੋਂ ਦਵਾਈਆਂ ਖਾਓ, ਨੋ ਵੇ, ਤੁਸੀਂ ਐਕਸਰਸਾਈਜ਼ ਕਰੋ ਨੋਰਮਲ। ਵੇਟ ਲੋਸ ਲਾਈਕ ਇਨਫਲਾਮੇਸ਼ਨ ਨੂੰ ਘੱਟ ਕਰਨ ਦੀ ਇੱਕ ਡਾਇਟ ਹੁੰਦੀ ਆ, ਇੱਕ ਡਾਇਟ ਹੁੰਦੀ ਜੇ ਤੁਸੀਂ ਪ੍ਰੋਟੀਨ ਰਿਚ ਡਾਇਟ ਲੈਂਦੇ ਹੋ, ਇੱਦਾਂ ਵੱਖਰੀ ਵੱਖਰੀ ਡਾਇਟਸ ਹੁੰਦੀਆਂ ਵਾ। ਸੋ ਉਹ ਵੀ ਜੇ ਤੁਸੀਂ ਕਹੋਗੇ ਮੈਂ ਇੱਕ ਡਿਟੇਲਡ ਵੀਡੀਓ ਇਹਦੇ ਬਾਰੇ ਵੀ ਦੱਸੂਗੀ, ਡਿਟੇਲਡ ਵੀਡੀਓ ਮੈਂ ਆਪਣੀ ਇਸ ਕਰਕੇ ਦੱਸੂਗੀ ਕਿ ਮੈਂ ਪ੍ਰੈਕਟੀਕਲੀ ਅਜਮਾਈਆਂ ਹੋਈਆਂ ਨੇ ਜਿਹੜੀਆਂ ਸ਼ਾਇਦ ਤੁਹਾਡੇ ਕੰਮ ਆ ਸਕਣ। ਮੈਂ ਕੋਈ ਹਾਰਡ ਵੱਡੀ ਡਾਇਟ ਨਹੀਂ ਕਰਦੀ, ਜਦੋਂ ਵੀ ਮੈਂ ਵੇਟ ਲੋਸ ਕਰਨਾ ਹੁੰਦਾ ਬਹੁਤ ਸਿੰਪਲ ਚੀਜ਼ਾਂ ਕਰਕੇ ਵੇਟ ਲੋਸ ਕਰਦੀ ਹਾਂ। ਮੈਂ ਤੁਹਾਨੂੰ ਦੱਸਦੀ ਹਾਂ ਅਤੇ ਪਿਛਲੇ 2 ਹਫ਼ਤੇ ਦੇ ਵਿੱਚ ਮੈਂ 2 ਕਿਲੋ ਵੇਟ ਘਟਾਇਆ। ਕੀਤਾ ਕਿਵੇਂ? ਬਹੁਤ ਈਜ਼ੀ ਤਰੀਕੇ ਨਾਲ ਕੀਤਾ ਅਤੇ ਹੋਰ ਵੀ ਹੋ ਰਿਹਾ ਵਾ, ਇੰਚ ਲੋਸ ਮੇਰਾ ਹੋ ਰਿਹਾ ਵਾ। ਇੰਚ ਲੋਸ 'ਚ ਕੀ ਮੇਰਾ ਨਾ ਪੇਟ ਕਾਫੀ ਜ਼ਿਆਦਾ ਨਿਕਲ ਆਇਆ ਸੀਗਾ, ਜਿਹੜਾ ਪਿਛਲੇ ਕੁਛ ਵੀਡੀਓਸ 'ਚ ਵੀ ਮੈਂ ਪੋਡਕਾਸਟ 'ਚ ਵੀ ਨੋਟ ਕੀਤਾ ਵੀ ਆਹ ਕਿੱਡਾ ਬੁਰਾ ਲੱਗ ਰਿਹਾ। ਸੋ ਇਹਨੂੰ ਹੁਣ ਮੈਂ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਕਾਫੀ ਜ਼ਿਆਦਾ ਹੋ ਗਿਆ ਅਤੇ ਹੌਲੀ ਹੌਲੀ ਹੋ ਵੀ ਰਿਹਾ ਵਾ। ਡਾਇਟ ਕਿਹੜੀ ਲੈ ਰਹੀ ਹਾਂ ਇਹਦੇ ਲਈ ਇੱਕ ਵੱਖਰੀ ਵੀਡੀਓ ਬਣਾਉਣੀ ਪੈਣੀ, ਇਹਦੇ 'ਚ ਮੈਂ ਦੱਸ ਨਹੀਂ ਸਕਦੀ ਕਿਉਂਕਿ ਬਹੁਤ ਲੰਬੀਆਂ ਚੀਜ਼ਾਂ ਨੇ। ਜੇ ਤਾਂ ਡਾਇਟ 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 ਕਮੈਂਟ ਕਰੋਗੇ ਤਾਂ ਮੈਂ ਜ਼ਰੂਰ ਬਹੁਤ ਛੇਤੀ ਇਸ ਚੀਜ਼ 'ਤੇ ਵੀ ਵੀਡੀਓ ਲੈ ਕੇ ਆਉਂ। ਹੁਣ ਵੱਧਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਅਗਲਾ ਸਵਾਲ ਜਿਹੜਾ ਤੁਸੀਂ ਮੇਰੇ ਤੋਂ ਪੁੱਛਿਆ ਆ, ਮੇਰੀ ਯੂਟਿਊਬ ਪੇਮੈਂਟ ਕਿੰਨੀ ਆ? ਬਹੁਤ ਸਵਾਲ ਆਉਂਦਾ, ਬਹੁਤ ਸਵਾਲ। ਸੋ ਯੂਟਿਊਬ ਪੇਮੈਂਟ ਕਿੰਨੀ ਆ? ਮੈਂ ਵੇਖੋ ਸਾਰੇ ਕਹਿੰਦੇ ਨੇ ਵੀ ਇਨਕਮ ਆਪਣੀ ਭਾਈ ਨਹੀਂ ਦੱਸਣੀ ਚਾਹੀਦੀ, ਨਜ਼ਰ ਲੱਗ ਜਾਂਦੀ ਆ ਹਨਾ, ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ ਨਜ਼ਰ ਲੱਗ ਜਾਂਦੀ ਹੈ ਅਤੇ ਲੱਗਦੀ ਵੀ ਆ। ਇਟਸ ਰੀਅਲ, ਮੈਂ ਮੰਨਦੀ ਹਾਂ ਨਜ਼ਰ ਨੂੰ, ਜਿਹਦੇ ਉੱਤੇ ਐਨਰਜੀ ਨੂੰ ਮੈਂ ਬਹੁਤ ਮੰਨਦੀ ਹਾਂ ਨਾ, ਪੋਜ਼ਿਟਿਵ ਐਨਰਜੀ ਹੁੰਦੀ ਆ, ਨੈਗੇਟਿਵ ਐਨਰਜੀ ਹੁੰਦੀ ਆ, ਵਰਕ ਕਰਦੀ ਹਾਂ ਮੈਂ ਇਸ ਚੀਜ਼ 'ਤੇ ਬਿਲੀਵ ਕਰਦੀ ਹਾਂ। ਇਸ ਕਰਕੇ ਸਿੱਧੀ ਪੇਮੈਂਟ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿਉਂਕਿ ਇਹ ਅਲਾਊਡ ਵੀ ਨਹੀਂ ਹੁੰਦਾ ਯੂਟਿਊਬ ਵੱਲੋਂ ਕਿ ਤੁਸੀਂ ਆਪਣੀ ਪ੍ਰੋਪਰ ਪੇਮੈਂਟ ਨੂੰ ਜਿਹੜਾ ਤੁਸੀਂ ਦੱਸ ਦਿਓ। ਪਰ ਹਾਂ, ਪਰ ਪਹਿਲਾਂ ਵੀ ਦੱਸਿਆ ਸੀ, ਮੈਂ ਫਿਰ ਦੱਸ ਸਕਦੀ ਹਾਂ। 2 ਸਾਲ ਪਹਿਲਾਂ ਮੈਂ ਜੋਬ ਕਰਦੀ ਸੀ ਅਸਿਸਟੈਂਟ ਪ੍ਰੋਫੈਸਰ ਦੀ, ਜਿੰਨੀ ਉਦੋਂ ਮੇਰੀ ਪੇ ਹੁੰਦੀ ਸੀ ਜਾਂ ਕਹਿ ਲਓ ਹਾਂ ਜਿੰਨੀ ਇੱਕ ਗਵਰਨਮੈਂਟ ਟੀਚਰ ਦੀ ਪੇ ਹੁੰਦੀ ਆ ਉਹ ਤੋਂ ਥੋੜ੍ਹਾ ਜਿਹਾ ਵੱਧ। ਇੰਨੀ ਕੁ ਅਰਨਿੰਗ ਜਿਹੜੀ ਆ ਯੂਟਿਊਬ ਤੋਂ ਮੈਂ ਕਰ ਰਹੀ ਹਾਂ, ਔਰ ਕਰ ਰਹੀ ਹਾਂ। ਇਹਨੂੰ ਆਪਾਂ ਵਧਾ ਵੀ ਸਕਦੇ ਹਾਂ ਆਪਣੇ ਹੱਥ 'ਚ, ਵੇਖੋ ਇਹ ਮਿਹਨਤ ਆ, ਤੁਸੀਂ ਜਿੰਨਾ ਕੰਮ ਕਰੀ ਜਾਓਗੇ ਉੰਨੀ ਇਹ ਵਧੀ ਜਾਊਗੀ, ਜਿੰਨਾ ਕੰਮ ਘਟਾਈ ਜਾਓਗੇ ਉੰਨੀ ਇਹ ਘਟੀ ਜਾਊਗੀ। ਇਸੇ ਤਰੀਕੇ ਵਰਕ ਕਰਦੀ ਨੇ ਬੇਟਾ। ਉੱਧਰ ਡਿੱਗ ਨਾ ਜਾ, ਹਾਂ ਉਹਦੇ ਸਾਈਡ 'ਤੇ ਹੋ ਜਾਓ। ਇੰਨਾ ਕੁ ਮੈਂ ਅਰਨ ਕਰ ਲੈਂਦੀ ਹਾਂ, ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ, ਤੁਹਾਡੇ ਹੱਥ ਆ, ਬਾਕੀ ਹੁਣ ਹਿਸਾਬ ਸੂਬ ਆਪੇ ਲਾਉਂਦੇ ਰਹੋ। ਅਗਲਾ ਸਵਾਲ ਜਿਹੜਾ ਮੈਨੂੰ ਆਇਆ ਹੈ, ਪਲੇਟ ਬਾਰੇ ਵੀ ਪੁੱਛਿਆ ਸੀ ਕਿਸੇ ਨੇ ਵੀ ਇਹ ਸਿਲਵਰ ਪਲੇਟ ਕਦੋਂ ਮਿਲਦੀ ਹੈ, ਇਹ ਜਦੋਂ ਤੁਹਾਡੇ 1 ਲੱਖ ਫੋਲੋਅਰਸ ਹੋ ਜਾਂਦੇ ਨੇ ਯੂਟਿਊਬ ਦੇ ਉੱਤੇ ਫਿਰ ਤੁਹਾਨੂੰ ਮਿਲਦੀ ਹੈ। ਪਹਿਲਾਂ ਇਹ ਵੱਡੇ ਸਾਈਜ਼ 'ਚ ਆਉਂਦੀ ਹੁੰਦੀ ਸੀ, ਮੇਰੀ ਵਾਲੀ ਵੱਡੇ ਸਾਈਜ਼ ਦੀ ਆ, ਹੁਣ ਅੱਜ ਕੱਲ੍ਹ ਬਿਲਕੁਲ ਛੋਟੀ ਕਰ ਦਿੱਤੀ ਹੈ ਇਹਨਾਂ ਨੇ, ਸਿਲਵਰ ਪਲੇਟ ਆ ਇਹ ਯੂਟਿਊਬ 1 ਲੱਖ ਫੋਲੋਅਰ ਤੋਂ ਬਾਅਦ। ਹਾਂ, ਅਵਾਰਡਸ ਦਾ ਵੀ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਪਹਿਲਾਂ ਵੀ ਇੱਕ ਵਾਰੀ ਵੀ ਇਹ ਅਵਾਰਡਸ
ਕਿੱਥੋਂ ਆਏ ਨੇ ਤੇ ਕਿਹੜੇ ਨੇ ਥੀਏਟਰ ਵਾਲੇ ਅਵਾਰਡਸ ਨੇ ਜਿਹੜੇ ਉੱਤੇ ਪਏ ਨੇ ਇਹ ਇਸ ਸਾਲ ਦੇ ਨੇ ਜਿਹੜੇ ਅੰਮ੍ਰਿਤਸਰ ਅਸੀਂ ਬਾਕੀ ਸਾਰੇ ਛੱਡ ਆਏ ਹਾਂ ਸਾਰੇ ਪਿਛਲੇ ਸਾਲਾਂ ਦੇ ਸਾਡੇ ਕੋਲ ਬਹੁਤ ਟਰੋਫੀਜ਼ ਨੇ ਤੁਹਾਨੂੰ ਪਤਾ ਆ ਤੁਸੀਂ ਹੋਮ ਟੂਰ ਵੇਖਿਆ ਹੋਊਗਾ ਸੋ ਉਹ ਸਾਰੀਆਂ ਅਸੀਂ ਅੰਮ੍ਰਿਤਸਰ ਛੱਡ ਆਏ ਹਾਂ ਅਤੇ ਇਹ ਥੀਏਟਰ ਦੇ ਅਵਾਰਡਸ ਨੇ ਸਾਨੂੰ ਥੀਏਟਰ ਕਰਕੇ ਮਿਲਦੇ ਨੇ ਅਤੇ ਬੜਾ ਚਿਰ ਹੋ ਗਿਆ ਥੀਏਟਰ ਛੱਡਿਆ ਨੂੰ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਜਨਵਰੀ ਦੇ ਵਿੱਚ ਮੈਂ ਦੁਬਾਰਾ ਥੀਏਟਰ ਸ਼ੁਰੂ ਕਰ ਰਹੀ ਹਾਂ ਆਪਣਾ ਪਲੇਅ ਕਰ ਰਹੀ ਹਾਂ ਚੰਡੀਗੜ੍ਹ ਦੇ ਵਿੱਚ ਕਰਾਂਗੀ ਮੈਂ ਅਤੇ ਮੋਸਟਲੀ ਫੈਬ ਜਾਂ ਮਾਰਚ 'ਚ ਹੋਏਗਾ ਸ਼ੋਅ ਸਾਡਾ ਅਤੇ ਜ਼ਰੂਰ ਜਦੋਂ ਵੀ ਹੋਇਆ ਤੁਹਾਨੂੰ ਸਾਰਿਆਂ ਨੂੰ ਦੱਸੂੰਗੀ ਵੇਖਣ ਆਇਓ ਅਤੇ ਹੁਣ ਵੱਧਦੇ ਅਸੀਂ ਆਪਣੇ ਅਗਲੇ ਕੁਐਸਚਨ ਵੱਲ ਅਤੇ ਜਿਹੜੀਆਂ ਤੁਹਾਨੂੰ ਝਾਂਜਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਵੀਡੀਓ 'ਚ ਉਹ ਮੇਰੀ ਗੁੱਡੀ ਦੀਆਂ ਨੇ ਉਹ ਇਸੇ ਕਮਰੇ 'ਚ ਘੁੰਮ ਰਹੀ ਹੈ ਸੋ ਅਗਲਾ ਕੁਐਸਚਨ ਇਹ ਹੈ ਕਿ ਚੰਡੀਗੜ੍ਹ 'ਚ ਤੁਹਾਡਾ ਘਰ ਆਪਣਾ ਹੈ ਕਿ ਰੈਂਟ 'ਤੇ ਬਾਈ ਜੀ ਇੱਡੀ ਛੇਤੀ ਆਪਣਾ ਘਰ ਨਹੀਂ ਲਿਆ ਜਾਂਦਾ ਹੁੰਦਾ ਰੈਂਟ 'ਤੇ ਆ ਸੇ 'ਤੇ ਬਾਕੀ ਤੁਹਾਡੀ ਕਿਰਪਾ ਰਹੀ ਅਤੇ ਛੇਤੀ ਆਪਣੇ ਘਰ 'ਚ ਵੀ ਜਾਵਾਂਗੇ ਪਰ ਫਿਲਹਾਲ ਦੀ ਘੜੀ ਅਸੀਂ ਇੱਥੇ ਰੈਂਟ 'ਤੇ ਆਏ ਹਾਂ ਸਾਨੂੰ ਆਇਆ ਨੂੰ ਹੋ ਗਏ ਨੇ 7 ਮਹੀਨੇ ਮੈਂ ਮੋਹਾਲੀ ਰਹਿੰਦੀ ਹਾਂ ਹੁਣ ਬੜਾ ਜਣਿਆਂ ਦਾ ਇਹ ਵੀ ਸਵਾਲ ਮੈਨੂੰ ਰਹਿੰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਮੋਹਾਲੀ ਰਹਿੰਦੀ ਹਾਂ ਹੁਣ ਪਰ ਮੇਰਾ ਅੰਮ੍ਰਿਤਸਰ ਵੀ ਘਰ ਹੈਗਾ ਆ ਮੇਰੇ ਸਹੁਰੇ ਅੰਮ੍ਰਿਤਸਰ ਨੇ ਸਾਡਾ ਘਰ ਆ ਸਾਡਾ ਪਰਿਵਾਰ ਉੱਤੇ ਰਹਿੰਦਾ ਆ ਅਸੀਂ ਆਉਂਦੇ ਜਾਂਦੇ ਹੀ ਰਹਿੰਦੇ ਹਾਂ ਅੰਮ੍ਰਿਤਸਰ ਵੀ ਸੋ ਕੋਈ ਦਿੱਕਤ ਆਉਂਦੀ ਨਹੀਂ ਕਦੀ ਉੱਥੇ ਕਦੀ ਇੱਥੇ ਆਪਣਾ ਹੀ ਆ ਸਾਰਾ ਕੁਛ ਸੋ ਇੱਕ ਸਵਾਲ ਇਹ ਵੀ ਆਇਆ ਹੈ ਕਿ ਮੇਰੇ ਹਸਬੈਂਡ ਕੀ ਜੋਬ ਕਰਦੇ ਨੇ ਵੈਸੇ ਤਾਂ ਮੈਂ ਦੱਸ ਹੀ ਦਿੱਤਾ ਹੈ ਮੇਰੇ ਹਸਬੈਂਡ ਵੀ ਥੀਏਟਰ ਕਰਦੇ ਨੇ ਮੈਂ ਵੀ ਥੀਏਟਰ ਕਰਦੀ ਹਾਂ ਐਕਟਿੰਗ ਟੀਚਰ ਨੇ ਉਹ ਮੈਂ ਵੀ ਪਹਿਲਾਂ ਐਕਟਿੰਗ ਟੀਚਰ ਰਹੀ ਹਾਂ ਮੈਂ ਤਾਂ ਅਸਿਸਟੈਂਟ ਪ੍ਰੋਫੈਸਰ ਰਹੀ ਹਾਂ ਅਤੇ ਉਹ ਵੀ ਐਕਟਿੰਗ ਟੀਚਰ ਨੇ ਅਤੇ ਪ੍ਰੋਫੈਸ਼ਨਲੀ ਵਰਕ ਕਰਦੇ ਰਹੇ ਇਸ ਲਾਈਨ 'ਚ ਹੀ ਅਤੇ ਹੁਣ ਫਿਲਹਾਲ ਅੰਮ੍ਰਿਤਸਰ ਗਏ ਨੇ ਯੂਥ ਫੈਸਟੀਵਲ ਚੱਲਦੇ ਨੇ ਅਤੇ ਬੱਚਿਆਂ ਨੂੰ ਕਾਲਜ ਦਿਆਂ ਨੂੰ ਐਕਟਿੰਗ ਸਿਖਾਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਅਤੇ ਉਹ ਆਪਣਾ ਕੰਮ ਕਰ ਰਹੇ ਨੇ ਮੈਂ ਆਪਣਾ ਕੰਮ ਕਰ ਰਹੀ ਮੋਸਟਲੀ ਸਾਡਾ ਇੱਦਾਂ ਹੀ ਹੁੰਦਾ ਇਹ ਨਹੀਂ ਕਿ ਹਨਾ ਮੈਂ ਹੁਣ ਸੋਸ਼ਲ ਮੀਡੀਆ ਹੈਂਡਲ ਕਰਦੀ ਹਾਂ ਜਾਂ ਸਾਰਾ ਕੁਛ ਆ ਅਤੇ ਉਹ ਆਪਣਾ ਸਾਰਾ ਕੰਮ ਛੱਡ ਕੇ ਠੀਕ ਆ ਭਾਈ ਮੈਂ ਵਿਹਲਾ ਵਾਂ ਕੋਈ ਗੱਲ ਨਹੀਂ ਇੱਧਰੋਂ ਰੋਟੀ ਕਰੀ ਜਾਂਦੀ ਹੈ ਕੰਮ ਇਸ ਤਰ੍ਹਾਂ ਦਾ ਸਾਡਾ ਕੁਛ ਨਹੀਂ ਗਾ ਅਸੀਂ ਦੋਨੋਂ ਬਰਾਬਰ ਦਾ ਕੰਮ ਕਰਦੇ ਹਾਂ ਉਹ ਆਪਣਾ ਕਰਦੇ ਨੇ ਹਾਂ ਉਹ ਮੇਰੀ ਹੈਲਪ ਪ੍ਰੋਪਰ ਕਰਦੇ ਨੇ ਇਸ ਕੰਮ 'ਚ ਕਿਉਂਕਿ ਇਹ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਯੂਟਿਊਬ ਜਾਂ ਸੋਸ਼ਲ ਮੀਡੀਆ ਨੂੰ ਮੈਨੇਜ ਕਰਨਾ ਇੱਕ ਟਾਈਮ ਤੋਂ ਬਾਅਦ ਤੁਹਾਨੂੰ ਨਾਲ ਦੇ ਨਾਲ ਉਹਦੇ ਸਹਾਰੇ ਦੀ ਲੋੜ ਪੈਂਦੀ ਹੀ ਪੈਂਦੀ ਹੈ ਤੁਸੀਂ ਇਕੱਲੇ ਨਹੀਂ ਮੈਨੇਜ ਕਰ ਸਕਦੇ ਇਸ ਨੂੰ ਚਾਹੇ ਤੁਸੀਂ ਮੈਨੇਜਰ ਰੱਖੋ ਚਾਹੇ ਤੁਸੀਂ ਕੁਛ ਕਰੋ ਤੁਹਾਨੂੰ ਇੱਕ ਬੰਦਾ ਚਾਹੀਦਾ ਹੀ ਚਾਹੀਦਾ ਸੋ ਉਹ ਮੋਸਟਲੀ ਮੇਰਾ ਕੰਮ ਸਾਰਾ ਮੈਨੇਜ ਕਰਦੇ ਨੇ ਨਾਲ ਦੇ ਨਾਲ ਅਤੇ ਨਾਲ ਦੇ ਨਾਲ ਉਹ ਆਪਣਾ ਕੰਮ ਵੀ ਕਰਦੇ ਨੇ ਉਹ ਰਾਈਟਰ ਨੇ ਫਿਲਮਾਂ ਲਿਖਦੇ ਨੇ ਸ਼ੋਜ਼ ਲਿਖਦੇ ਨੇ ਅਤੇ ਟੀਵੀ ਸ਼ੋਅ ਇੱਕ ਦੋ ਆਏ ਨੇ ਅਤੇ ਬਾਕੀ ਸਾਰੇ ਸਰਪ੍ਰਾਈਜ਼ ਜਿਹੜੇ ਨੇ ਤੁਹਾਨੂੰ ਹੋਪ ਕਿ ਅਗਲੇ ਸਾਲ ਮਿਲ ਜਾਣਗੇ ਇਹ ਸੀ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਤੁਹਾਡੇ ਕੋਲ ਸਵਾਲ ਨੇ ਨੀਚੇ ਛੱਡ ਦਿਓ ਕਮੈਂਟਾਂ 'ਚ ਮੈਂ ਉਹਨਾਂ ਦੇ ਜਵਾਬ ਜ਼ਰੂਰ ਦਊਂਗੀ ਜੇ ਡਾਇਟ ਵਾਲੀ ਵੀਡੀਓ 'ਚ ਆਉਂਦੇ ਹੋ ਤਾਂ ਨੀਚੇ ਕਮੈਂਟ ਕਰੋ ਡਾਇਟ ਬਹੁਤ ਜਲਦੀ ਆਪਾਂ ਉਸ 'ਤੇ ਵੀ ਫੁੱਲ ਵੀਡੀਓ ਲੈ ਕੇ ਆਵਾਂਗੇ ਮੈਂ ਟਰਾਂਸਫੋਰਮੇਸ਼ਨ ਜਰਨੀ ਵੀ ਸ਼ੇਅਰ ਕਰੂੰਗੀ ਅਜੇ ਤਾਂ ਨਹੀਂ ਕਰ ਸਕਦੀ ਕਿਉਂਕਿ ਅਜੇ ਟਾਈਮ ਲੱਗਣਾ ਵਾ ਇਟਸ ਲਾਈਕ 1 ਮਹੀਨਾ ਤਾਂ ਲੱਗੂਗਾ ਹਾਂ 1 ਮਹੀਨਾ ਹੀ ਕਹਿ ਰਹੀ ਹਾਂ ਵੀ ਇੰਨਾ ਕੀ ਲੱਗਦਾ ਹੁੰਦਾ ਪਰ ਸ਼ੋਰ ਮੈਂ ਸ਼ੇਅਰ ਕਰਾਂਗੀ ਆਪਣੀ ਜੋ ਵੀ ਮੈਂ ਫੋਲੋ ਕਰ ਰਹੀ ਹਾਂ ਪਰ ਫਿਲਹਾਲ ਮੈਂ ਵੀਡੀਓ 'ਚ ਆਪਣਾ ਮੂੰਹ ਵੇਖ ਵੇਖ ਕੇ ਨਾ ਖੁਸ਼ ਹੋਈ ਜਾਂਦੀ ਕਿਉਂਕਿ ਸੱਚੀ ਪਤਲਾ ਹੋਇਆ ਪਹਿਲਾਂ ਨਾਲੋਂ ਬਹੁਤ ਮੋਟਾ ਹੋ ਜਾਏਗਾ ਫੇਸ ਵੀ ਮੇਰਾ ਸੋ ਬਸ ਉਮੀਦ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੋਰ ਨਵੇਂ ਨਵੇਂ ਕਾਮੇਡੀ ਸ਼ੋਅਜ਼ ਮੈਂ ਬਹੁਤ ਕੁਝ ਪਲਾਨ ਕਰ ਰਹੀ ਹਾਂ ਦੋਸਤੋ ਬਹੁਤ ਕੁਝ ਪਲਾਨ ਕਰ ਰਹੀ ਹਾਂ ਤੁਹਾਡੇ ਵਾਸਤੇ ਥੈਂਕ ਯੂ